ਅੱਜ ਬਾਈ ਅੰਗ ਸਰੀਰ ਦੇ ਦੋ ਹੀ ਟੁੱਟ ਗਏ, ਐਡਾ ਭਾਰੀ ਨੁਕਸਾਨ ਹੋ ਗਿਆ ਇਹਨਾਂ ਦੇ ਸਿਰ ਤੇ, ਤਾਂ ਤੁਰੇ ਫਿਰਦੇ ਦੀ ਯਾਰ। ਸਹੀ ਗੱਲ ਹੈ ਬਈ, ਸਹੀ ਗੱਲ ਹੈ ਜੀ। ਕਹਿੰਦਾ ਮਰੇ ਦੇ ਨਾਲ ਮਰਿਆ ਨਹੀਂ ਜਾਂਦਾ, ਪਰ ਸਾਡੇ 'ਚ ਬਾਕੀ ਕੋਈ ਨਹੀਂ ਰਹੀ, ਆਪਣਾ ਕੋਈ ਇਹਨਾਂ ਤੋਂ ਵਪਾਰ ਨਹੀਂ ਹੈਗਾ ਜੀ, ਆਪਣਾ ਤਾਂ ਇੱਕ ਇਹ ਰੋਟੀ ਵਾਲਾ ਸਾਧਨ ਕਰਿਆ ਹੋਇਆ, ਰੋਟੀ ਵਾਲਾ ਸਾਧਨ ਕਰਿਆ ਹੋਇਆ, ਕਦੇ ਆਪਾਂ ਦੇਖਿਆ ਕਦੇ ਕਿਸੇ ਮੰਡੀ 'ਤੇ, ਆਪਾਂ ਤਾਂ ਇੱਕ ਇਹਨਾਂ ਤੋਂ ਕਮਾਉਣਾ, ਇਹਨਾਂ ਤੋਂ ਖਾਣਾ, ਉਰੀ ਟਾਈਮ ਪਾਸ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਾਈ ਜੀ ਅੱਜ ਅਸੀਂ ਪਹੁੰਚੇ ਹੋਏ ਸੀਗੇ ਪਿੰਡ ਬੇਨੜਾ ਦੇ ਵਿੱਚ, ਜਿੱਥੇ ਬਾਈ ਜੀ ਬਹੁਤ ਵੱਡਾ ਨੁਕਸਾਨ ਇੱਕ ਆ ਜਿਹੜੀ ਵੀਰ ਦਾ ਹੋਏਗਾ। ਕੀ ਗੱਲਬਾਤ ਹੋਈ ਹੈਗੀ, ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਹਾਂ, ਸਾਧਰੂ ਬਾਈ ਆਪਣੇ ਨਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਸਾਧਰੂ ਵੀਰ? ਠੀਕ ਹੈ ਜੀ, ਠੀਕ ਹੈ ਜੀ। ਦੱਸੋ ਬਾਈ ਜੀ ਕੀ ਹੋਇਆ ਜੀ, ਕੀ ਗੱਲਬਾਤ ਹੋਈ ਹੈ ਸਾਰੀ ਜੀ? ਗੱਲਬਾਤ ਤਾਂ ਕੁਛ ਨਹੀਂ ਹੋਈ ਵੀਰੇ, ਪਿੰਡੋਂ ਬੱਕਰੀਆਂ ਅੱਧਾ ਕਿਲੋਮੀਟਰ ਆਈਆਂ ਨੇ, ਹਾਂਜੀ, ਕੱਖਾਂ ਨੂੰ ਮੂੰਹ ਮਾਰਦੀਆਂ ਆਈਆਂ ਨੇ, ਜਿਵੇਂ ਦਰਖਤਾਂ ਨੂੰ ਅੱਡੇ ਲਾਉਂਦੀਆਂ ਆਈਆਂ ਨੇ, ਉੱਥੋਂ ਆ ਸੈਲਰ 'ਚ ਆ ਵੜੀਆਂ। ਠੀਕ, ਸੈਲਰ ਦੇ ਵਿੱਚ ਆ ਕੇ ਟਾਹਣੀਆਂ ਵੱਡੀਆਂ ਨੇ ਬੱਕਰੀਆਂ ਨੂੰ। ਠੀਕ ਹੈ, ਠੀਕ ਆ। ਇੱਕ ਦੋ ਥਾਵੇਂ ਕੀ ਆ, ਜੀਰੀ 'ਚ ਬੱਕਰੀਆਂ ਪਾਣੀ ਪੂਣੀ ਪੀ ਜਾਂ ਲੱਗੇ ਵੀ ਪੀ ਜਾਂਦੀਆਂ ਨੇਗੀਆਂ। ਹਾਂਜੀ ਹਾਂਜੀ, ਇਹ ਨਹੀਂ ਪਤਾ ਵੀ ਉਹ ਜੀਰੀ ਤੋਂ ਕੁਛ ਹੋਇਆ ਜਾਂ ਕੁਛ ਕੱਖਾਂ ਤੋਂ ਹੋਇਆ ਜਾਂ ਦਰਖਤਾਂ ਤੋਂ, ਉਰੇ ਬੱਕਰੀਆਂ ਸੈਲਰ ਦੇ ਆ ਵਿੱਚ ਆ ਕੇ ਜਦੋਂ ਡੇਕਾਂ ਵੱਢੀਆਂ ਅਸੀਂ ਨੇ, ਹਾਂਜੀ, ਖਾਂਦੀਆਂ ਖਾਂਦੀਆਂ ਬੱਕਰੀਆਂ ਨੂੰ ਪ੍ਰੋਬਲਮ ਹੋ ਚੱਲੀ, ਅਸੀਂ ਐਂ ਸਮਝ ਗਏ ਵੀ ਬੱਕਰੀਆਂ ਖਾਣੋਂ ਵੈਸੇ ਹੀ ਹਟ ਗਿਆ ਗਰਮੀ ਕਾਰਨ। ਸਹੀ ਗੱਲ ਹੈ ਜੀ। ਜਦੋਂ ਅਸੀਂ ਬੱਕਰੀਆਂ ਨੂੰ ਹੱਕਣ ਲੱਗੇ ਤਾਂ ਇੱਕ ਬੱਕਰੀ ਦੇਖੀ ਵੀ ਇਹਨੂੰ ਕੀ ਹੋ ਗਿਆ, ਉਹਨੂੰ ਸਾਹਮਣੇ ਕਰਿਆ ਸੀ ਨੇ ਬੱਕਰੀ ਨੂੰ, ਜਦੋਂ ਹੋਰ ਧਿਆਨ ਮਾਰਿਆ ਵਾ ਫਿਰ ਤਾਂ ਵੀਰੇ ਲੈਣ ਬਾਰੇ ਡਿੱਗਦੀ ਗਈਆਂ ਬੱਕਰੀਆਂ। ਠੀਕ ਹੈ ਜੀ, ਕਿੰਨੀਆਂ ਬੱਕਰੀਆਂ ਨੇ ਆਪਣੀਆਂ ਸਾਰੀਆਂ ਟੋਟਲ? ਸਾਰੀਆਂ ਵੀਰੇ 20 ਬਾਈਕ ਮੇਰੇ ਰਵੇ ਨੇਗੀਆਂ, ਹਾਂਜੀ, 20 ਬਾਈਕ ਮੇਰੇ ਭਾਈ ਰਵੇ ਨੇ, ਇਹ ਭਾਈ ਕੋਲ ਆਪਣੇ? ਹਾਂਜੀ ਹਾਂਜੀ ਵੀਰੇ, ਬਹਿ ਜਾਓ ਨਾ। ਠੀਕ ਹੈ ਵੀਰੇ, ਦੋਨੇ ਭਾਈ ਚਾਰ ਦਿਨ, ਦੋਵੇਂ ਭਾਈ ਚਾਰ ਦਿਨ ਵੀਰੇ। ਠੀਕ ਹੈ ਜੀ, ਕਿੰਨੀਆਂ ਬੱਕਰੀਆਂ ਨੁਕਸਾਨੀਆਂ ਗਈਆਂ ਆਪਣੀਆਂ? ਬੱਕਰੀਆਂ ਵੀਰੇ ਬਹੁਤ ਨੁਕਸਾਨੀਆਂ ਗਈਆਂ ਯਾਰ। ਠੀਕ ਹੈ ਜੀ, ਬਹੁਤ ਨੁਕਸਾਨੀਆਂ ਗਈਆਂ ਬਾਈ ਬੱਕਰੀਆਂ ਤਾਂ। ਸਹੀ ਗੱਲ ਹੈ ਬਾਈ ਜੀ, ਵੱਡੀਆਂ ਵੱਡੀਆਂ ਬੱਕਰੀਆਂ ਸਾਰੀਆਂ ਬੱਕਰੀਆਂ, ਮੈਂ ਕਿਹਾ ਅੱਜ ਬਾਈ ਅੰਗ ਸਰੀਰ ਦੇ ਦੋ ਹੀ ਟੁੱਟ ਗਏ, ਐਡਾ ਭਾਰੀ ਨੁਕਸਾਨ ਹੋ ਗਿਆ ਇਹਨਾਂ ਦੇ ਸਿਰ ਤੇ, ਤਾਂ ਤੁਰੇ ਫਿਰਦੇ ਦੀ ਯਾਰ। ਸਹੀ ਗੱਲ ਹੈ ਬਾਈ, ਸਹੀ ਗੱਲ ਹੈ ਜੀ। ਆਪਣਾ ਕੰਮ ਕਾਹਦਾ ਸੀ ਵੈਸੇ ਦੇਖਿਆ ਜਾਵੇ? ਕੰਮ ਤਾਂ ਵੀਰੇ ਆ ਬੱਕਰੀਆਂ ਦੇ ਦਿੱਤੀ, ਆਪਣਾ ਇਹੀ ਚਾਰ ਦੇ, ਇਹੀ ਚਾਰ, ਹੋਰ ਤਾਂ ਨਹੀਂ ਕੋਈ ਕੰਮ ਹੈਗਾ? ਨਾ ਬਾਈ, ਹੋਰ ਕੋਈ ਕੰਮ ਨਹੀਂ, ਬੱਕਰੀਆਂ ਬੱਕਰੀਆਂ ਦੇ ਦਿੱਤੀ ਯਾਰ। ਕਿੰਨਾ ਕੁ ਹੋ ਗਿਆ ਨੁਕਸਾਨ ਦੇਖਿਆ ਜਾਵੇ? ਕਿੰਨੇ ਲੱਖ ਰੁਪਏ ਦਾ ਨੁਕਸਾਨ ਕਹਿੰਦੇ ਤੁਸੀਂ? ਨੁਕਸਾਨ ਤਾਂ ਵੀਰੇ ਸਾਡਾ 5-7 ਲੱਖ ਦਾ ਹੋ ਗਿਆ। 5-7 ਲੱਖ ਦਾ? ਸਹੀ ਗੱਲ ਬਾਈ, ਵੱਡੀਆਂ ਵੱਡੀਆਂ ਬੱਕਰੀਆਂ, ਜੇ ਤੂੰ ਮੋਟੇ ਦੇ ਹਿਸਾਬ ਨਾਲ ਲਾਵੇਂ ਵੀਰਿਆ, ਦੇਖ ਲੈ 16-17 ਮਰੀਆਂ ਪਈਆਂ ਨੇ, 16-17 ਬਾਕੀ ਬੱਕਰੀਆਂ। ਧੰਨਵਾਦ ਬਹੁਤ ਡਾਕਟਰ ਦਾ ਜਿਹਨੇ ਵਿਚਾਰੇ ਨੇ ਆ ਕੇ ਵੇਲੇ ਤੇ ਸਾਂਭ ਲਈਆਂ, ਪਰ ਫਿਰ ਵੀ ਜਾਈ ਜਾਂਦੀਆਂ ਨੇ, ਉਹਨੇ ਆਪਦੀ ਵੀ ਬਾਹਰ ਲਾਈ ਜੀ ਨਹੀਂ ਲਾਈ, ਸਾਡੇ ਪਿੰਡ ਸਰਕਾਰੀ ਚੋਰੇ। ਠੀਕ ਹੈ ਜੀ, ਡਾਕਟਰਾਂ ਬਹੁਤ ਚੰਗਾ, ਆਪਣੇ ਪਿੰਡੋਂ ਹੀ ਡਾਕਟਰ ਆਏ ਬਾਈ? ਹਾਂ ਜੀ, ਆਪਣੇ ਪਿੰਡੋਂ ਬਹੁਤ ਚੰਗਾ ਡਾਕਟਰ ਆ ਵੀਰੇ। ਠੀਕ ਹੈ ਜੀ, ਵੀ ਐਂ ਦੇਖ ਲਾ ਤੂੰ, ਉਹ ਵਿਚਾਰਾ ਸਕਿੰਟਾਂ ਦੇ ਵਿੱਚ ਫੌਰਨ ਬੱਕਰੀਆਂ ਲਵੇ ਪਹੁੰਚਿਆ। ਠੀਕ ਹੈ ਵੀਰੇ, ਹੋਰ ਉਹਨੇ ਆ ਕੇ ਆਪਦੀ ਦਵਾਈ ਇਸਤੇਮਾਲ ਕਰੀ ਬੱਕਰੀਆਂ ਨੂੰ, ਸਾਨੂੰ ਵੀ ਆਦਿਆ ਕੱਪੜਿਆਂ ਨੂੰ ਦਵਾਈ ਲੱਗੀ ਪਈ ਆ, ਕਦੇ ਕੁਛ ਦੇ ਕਦੇ ਕੁਛ ਦੇ, ਜਿੰਨਾ ਕੁ ਹੋਇਆ ਉਹਨਾਂ ਨੇ ਕਰਿਆ ਜਾਣੀ। 4 ਘੰਟੇ ਹੋ ਗਏ ਵੀਰੇ ਡਾਕਟਰ ਨੂੰ, 4 ਘੰਟੇ। ਠੀਕ ਹੈ, ਅੱਜ ਕੱਲ੍ਹ ਗਰਮੀ ਦੇ ਵਿੰਟ ਵੈਸੇ ਬੰਦਾ ਡਾਕਟਰ ਬਸੂਆਂ ਲਵੇ ਤਾਂ ਅੱਧਾ ਘੰਟਾ ਨਹੀਂ ਰੁਕਦਾ, ਉਹਨੂੰ 4 ਘੰਟੇ ਹੋ ਗਏ ਦਵਾਈ ਲੱਗਦੀ ਨੂੰ ਵੀਰੇ। ਸਹੀ ਗੱਲ ਹੈ ਬਾਈ, ਕਿੰਨੇ ਵਜੇ ਦੀ ਗੱਲ ਹੈ ਵੀਰੇ ਤੜਕੇ? ਇਹ ਗੱਲ ਵੀਰੇ 11:30 ਵਜੇ ਦੀ ਗੱਲ, 11:30 ਵਜੇ ਦੀ ਗੱਲ, 4 ਵੱਜ ਗਏ ਨਾ, 4 ਵੱਜ ਗਏ ਵੀਰੇ, 6 ਘੰਟੇ ਹੋ ਗਏ ਲਗਭਗ, 6 ਘੰਟੇ ਹੋ ਗਏ। ਹਾਂ, ਡਾਕਟਰ ਦੇ ਲਾ ਬੇਚਾਰਾ ਜੱਦਾ ਹੈਗਾ ਬੱਕਰੀਆਂ ਲਵੇ, ਅਸੀਂ ਉਹਨੂੰ 11:30 ਫੋਨ ਕਰਿਆ ਸੀ, ਉਹ ਕੁਛ ਮਿੰਟਾਂ ਦੇ ਵਿੱਚ ਦੀ ਪਹੁੰਚ ਗਿਆ। ਠੀਕ ਹੈ ਜੀ, ਪਹਿਲਾਂ ਤਾਂ ਨਹੀਂ ਹੋਇਆ ਕਦੇ, ਕਦੇ ਨਹੀਂ ਵੀਰੇ ਜ਼ਿੰਦਗੀ 'ਚ ਇਹ ਕੰਮ ਹੋਇਆ, ਆ ਜਿੱਥੇ ਅੱਜ ਇਹ ਕੰਮ ਹੋਇਆ ਉਰੇ 4 ਦਿਨ ਨੂੰ 1000 ਵਾਰੀ ਬੱਕਰੀਆਂ ਸਾਡੀਆਂ ਆ ਕੇ ਗਈਆਂ ਨੇ। ਠੀਕ ਆ, ਕਦੇ ਕੋਈ ਗੱਲਬਾਤ ਨਹੀਂ ਹੋਈ। ਠੀਕ ਹੈ ਜੀ, ਮੁੰਡੇ ਨੇ ਫੋਨ ਕਰਿਆ ਵੀ ਡੇਕਾ ਦਿਖਾਈਏ ਬਾਈ, ਦੇਖ ਸਕਦੇ ਬਾਈ ਜੀ ਵੱਡੀਆਂ ਵੱਡੀਆਂ ਬੱਕਰੀਆਂ ਨੇ, ਬੱਕਰੀਆਂ ਦਾ ਬਾਈ ਤੂੰ ਪੁੱਛਣਾ ਕੁਛ, ਦਿਲ ਟੁੱਟ ਗਿਆ ਬਾਈ। ਹਾਂ ਸਹੀ ਗੱਲ ਆ ਬਾਈ, ਜੇ ਕਹਿੰਦੇ ਨੇ ਇੱਕ ਭਾਈ ਮਰ ਜੇ ਅੰਗ ਇੱਕ ਪਾਸਾ ਟੁੱਟ ਜਾਂਦਾ, ਇੱਥੇ ਤਾਂ ਸਾਰੇ ਹੀ ਗਏ। ਸਹੀ ਗੱਲ ਆ ਬਾਈ, ਆਹ ਬੱਕਰੀ ਪਹਿਲਾਂ ਹੋਈ ਸੀ ਆਪਣੀ? ਹਾਂ, ਵੀ ਦੇਖ ਸਕਦੇ ਬਾਈ ਵੱਡੀਆਂ ਵੱਡੀਆਂ ਬੱਕਰੀਆਂ ਦੇਖ ਲਾ ਬਾਈ, ਲੜਿਆਂ ਵਰਗੀਆਂ ਬੱਕਰੀਆਂ ਦੀਆਂ ਕਿਵੇਂ ਗਈਆਂ ਨੇ, ਇਹ ਜਾਂ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ। ਆਹ ਦੇਖ ਬਾਈ ਪੱਠਾ, ਦੁੱਖ ਕਿੰਨਾ ਕੁ ਹੋ ਰਿਹਾ ਵੀਰੇ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਦੁੱਖ ਦਾ ਵੀਰੇ, ਇੱਕ ਮਰਿਆ ਬਰਾਬਰ ਆ,
ਕਹਿੰਦਾ ਮਰੇ ਦੇ ਨਾਲ ਮਰਿਆ ਨਹੀਂ ਜਾਂਦਾ ਪਰ ਸਾਡੇ 'ਚ ਬਾਕੀ ਕੋਈ ਨਹੀਂ ਰਹੀ। ਸਹੀ ਗੱਲ ਆ ਬਾਈ। ਲਓ ਜੀ ਬਾਈ ਜੀ, ਜੇ ਕੋਈ ਮੇਰਾ ਵੀਰ ਹੈਲਪ ਕਰਨੀ ਚਾਹੁੰਦਾ ਹਨ ਕਰ ਸਕਦਾ ਹੈਲਪ ਬਾਈ। ਧੰਨਵਾਦ ਨੰਬਰ ਦੇਵਾਂਗੇ ਬਾਈ ਆਪਾਂ ਸਾਧਰੂ ਬਾਈ ਦਾ, ਜੇ ਕੋਈ ਵੀ ਮੇਰਾ ਵੀਰ ਹੈਲਪ ਕਰਨੀ ਚਾਹੁੰਦਾ ਤਾਂ ਬਾਈ ਜੀ ਕਰ ਸਕਦਾ ਬਾਈ। ਆਪਣਾ ਕੋਈ ਇਹਨਾਂ ਤੋਂ ਵਪਾਰ ਨਹੀਂ ਹੈਗਾ ਜੀ, ਆਪਣਾ ਤਾਂ ਇੱਕ ਇਹ ਰੋਟੀ ਵਾਲਾ ਸਾਧਨ ਕਰਿਆ ਹੋਇਆ, ਰੋਟੀ ਵਾਲਾ ਸਾਧਨ ਕਰਿਆ ਹੋਇਆ। ਕਦੇ ਆਪਾਂ ਦੇਖਿਆ ਕਦੇ ਕਿਸੇ ਮੰਡੀ ਤੇ, ਆਪਾਂ ਤਾਂ ਇੱਕ ਇਹਨਾਂ ਤੋਂ ਕਮਾਉਣਾ, ਇਹਨਾਂ ਤੋਂ ਖਾਣਾ, ਉਰੀ ਟਾਈਮ ਪਾਸ ਕਰਦੇ ਹਾਂ। ਠੀਕ ਹੈ ਜੀ, ਉਹ ਵੀ ਵੀਰੇ ਆਹ ਕੰਮ ਹੋ ਗਿਆ ਸਾਡੇ ਨਾਲ। ਸਹੀ ਗੱਲ ਬਾਈ, ਮਾੜੀ ਗੱਲ ਹੋਈ ਹੈ ਬਾਈ, ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈਗੀ। ਠੀਕ ਹੈ ਸਾਧਰੂ ਵੀਰੇ, ਠੀਕ ਹੈ ਜੀ। ਲਓ ਜੀ ਬਾਈ ਜੀ, ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਵੀਰ ਦੀ ਵੱਧ ਤੋਂ ਵੱਧ ਹੈਲਪ ਹੋ ਸਕੇ।